सचखंड श्री हरिमंदर साहब दे हजूरी रागी भाई हरनाम सिंह श्रीनगर वालियां दा अज देहांत हो गया है। जलंधर दे निजी हस्पताल च उन्हां दा करोना करके देहांत होया है। ओह 60 साल दे सन अते लंबे समय तो जलंधर विच रह रहे सन। बुखार करके उन्हां नूं 2 दिन पहलां ही जलंधर दे निजी हस्पताल च दाखल करवाया गया सी, पर कल उन्हां दा COVID-19 टेस्ट होया सी अते उसकी रिपोर्ट पॉजिटिव पाई गई। भाई हरनाम सिंह श्रीनगर वालियां दा जन्म 4 दिसंबर 1962 नूं पंजाब दे बरनाला विखे होया सी। भाई हरनाम सिंह श्रीनगर वाले दे अकाल चलाने तो बाद सिख संगत विच सोग दा माहौल है। श्रोमणी गुरुद्वारा प्रबंधक कमेटी दे प्रधान भाई गोबिंद सिंह लोंगोवाल ने भी भाई हरनाम सिंह दे देहांत ते दुख दा प्रगटावा किया है। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪੰਥਾਗੀ ਅਨਾਸ਼ੀ ਕੁਪਾਇਆ ਪਰਮੇਸ਼ਰ ਬੋ ਸੋਮ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਕਰਦੇ ਕੀਰਤਨੀ ਹੈ ਜਿਤਨੀ ਸਵਾਸਾਂ ਦੀ ਆਰਬਲਾ ਬਖਸ਼ਿਸ਼ ਕੀਤੀ ਸਵਾਸਾਂ ਦੀ ਆਰਬਲਾ ਲੈ ਕੇ ਇਸ ਦੁਨੀ ਸੁਹਾਵੇ ਬਾਗ ਦੇ ਅੰਦਰ ਆਏ ਸਵਾਸਾਂ ਦੀ ਆਰਬਲਾ ਨੂੰ ਸੰਪੂਰਨ ਕਰਦੇ ਆਪਣੇ ਹਿੱਤ ਘਰ ਪਰਤ ਗਏ ਹਨ ਪਰਿਵਾਰ ਵੱਲੋਂ ਰਲ ਮਿਲ ਕੇ ਚਿਖਾ ਚਿਹਨ ਦੀ ਚਿਖਾ ਨੂੰ ਅਗਨੀ ਪ੍ਰਚੰਡ ਕਰਨ ਤੋਂ ਉਪਰੰਤ ਪ੍ਰਾਣੀ ਦੇ ਨਿਮਿਤ ਸੰਗਤੀ ਰੂਪ ਵਿੱਚ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ ਸਮੁੱਚੀ ਬਾਣੀ ਦਾ ਆਦਰ ਸਤਿਕਾਰ ਕਰਦੇ ਹੁੰਦੇ ਹਨ ਭੁੱਲਾਂ ਬਖਸ਼ ਲੈਣੀਆਂ ਗੁਰਮੁਖ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਲਾ ਤੇ ਦੁਨੀਆਂ ਦਾਤਾਂ ਬਖਸ਼ੀਆਂ ਔਰ ਉਸ ਪਵਿੱਤਰ ਆਤਮਾ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਨੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਗੁਰੂ ਸ੍ਰੀ ਸਭਾ ਆਦਰਸ਼ ਨਗਰ ਵਿਖੇ ਪਹੁੰਚਣਾ ਹੈ ਉੱਥੇ ਲਾਣੀਆਂ ਦਾ ਪਾਠ ਜਲੰਧਰ ਤੋਂ ਗੌਰਵ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ।